ਸਰ ਕੁਮਾਰ ਆ ਸਾਨੂੰ ਹੰਸਰਾਜ ਭਾਰਤ ਨਗਰ ਰਹਿੰਦਾ ਮੈਂ ਜੀ, ਮੇਰੀ ਸ਼ੋਪ ਆ ਇੱਥੇ ਅਤੇ ਰਾਤ ਦਾ ਬਹੁਤ ਕੰਮ ਖਰਾਬ ਆ, ਤਬੀਅਤ ਮੇਰੀ ਖਰਾਬ ਆ, ਗਰਮੀ ਨਾਲ ਬਹੁਤ ਮਾੜੀ ਹਾਲਤ ਹੈਗੀ ਹੈ, ਕਾਰੋਬਾਰ ਮਾਸਾ ਨਹੀਂ ਹੈਗੇ ਲੋਕਾਂ ਦੇ, ਬੈਠੇ ਆਪਾਂ ਰਾਤ ਦਾ, ਦੋਵਾਂ ਟਰਾਂਸਫਾਰਮਰ ਨੂੰ ਅੱਗ ਲੱਗ ਗਈ ਹੈ, ਹੁਣ ਪਤਾ ਨਹੀਂ ਕਦੋਂ ਆਉਣੀ ਹੈ, ਪੁੱਛਦੇ ਹਾਂ ਕਦੋਂ ਆਉਣੀ ਹੈ, ਪਤਾ ਹੀ ਨਹੀਂ ਕਦੋਂ ਆਉਣੀ ਹੈ, ਅਤੇ ਪਾਣੀ ਦਾ ਟੈਂਕਰ ਇੱਕ ਆਇਆ, ਮਸਾ ਫੇਰ ਕਿਤੇ ਜਾ ਕੇ ਪਾਣੀ ਅੱਗੇ, ਹਾਲਾਤ ਬੜੀ ਆਈ, ਇਹ ਗੱਲ ਕਹਿੰਦੇ ਵੀ ਇੱਧਰਲੇ ਪਾਸੇ ਧਿਆਨ ਦਿੱਤਾ ਜਾਏ, ਜੇ ਕਦੀ ਕਿਸੇ ਗਰੀਬ ਆਦਮੀ ਨੂੰ ਕੋਈ ਗੱਲ ਇੱਦਾਂ ਦੀ ਹੋ ਗਈ ਤਾਂ ਫਿਰ ਪ੍ਰਸ਼ਾਸਨੀ ਜ਼ਿੰਮੇਵਾਰ ਹੋ ਸਕਦਾ, ਕਿੰਨਾ ਕੁ ਨੁਕਸਾਨ ਹੋਇਆ ਜੀ ਬਿਲਡਿੰਗ ਨੂੰ? ਵਾਹ ਵਾਹ ਜੀ, ਇੱਥੇ ਸਾਡੀ ਚਾਰ ਚਾਰ ਮੰਜ਼ਿਲਾਂ ਅੱਗ ਜਿਹੜੀ ਉੱਪਰ ਗਈ ਹੈ, ਉਹ ਦੁਕਾਨਾਂ ਨੂੰ ਵੀ ਬਹੁਤ ਅਜੋਗ ਸੀ, ਆ ਸਾਰੇ ਦੁਕਾਨਦਾਰਾਂ ਨੂੰ ਅਸੀਂ ਫੋਨ ਕੀਤਾ ਵੀ ਆਣ ਕੇ ਮਤਲਬ ਦੇਖੋ, ਤਾਂ ਵਿਚਾਰੇ ਬਿਜਲੀ ਵਾਲੇ ਵੀ ਕਹਿੰਦੇ ਅਸੀਂ ਵੀ ਲਾਗੇ ਇਹਦੇ ਨਾਲ ਜਾਣਾ, ਕਿਤੇ ਟਰਾਂਸਫਾਰਮਰ ਫੜ ਗਿਆ ਅਤੇ ਬਹੁਤ ਨੁਕਸਾਨ ਹੋ ਗਿਆ। ਅਸੀਂ ਇਹ ਕਹਿੰਦੇ ਵੀ ਪ੍ਰਸ਼ਾਸਨ ਇੱਧਰ ਧਿਆਨ ਦੇਵੇ, ਬਾਕੀ ਇਹ ਵਾ ਵੀ ਇੱਕ ਵਾਰੀ ਟਰਾਂਸਫਾਰਮਰ ਜੇ ਮਹੀਨਾ ਨਹੀਂ ਹੋਇਆ ਤਾਂ ਬਦਲਿਆ ਵਾ, ਅਤੇ ਉਦੋਂ ਵੀ ਇਹੋ ਹਾਲਤ ਹੋ ਗਈ ਹੈ, ਤਾਂ ਹੁਣ ਫਿਰ ਇਹੋ ਹਾਲਤ ਹੋ ਗਈ ਹੈ। ਹਾਂਜੀ ਭਾਅ ਜੀ, ਕੀ ਨਾਮ ਤੁਹਾਡਾ ਅਤੇ ਕਿਸ ਇਲਾਕੇ 'ਚ ਹੋਇਆ ਜੀ? ਜੀ, ਮੇਰਾ ਨਾਮ ਜੀ ਅਸ਼ਵਨੀ ਕੁਮਾਰ ਸ਼ਰਮਾ, ਸਾਡਾ ਇਲਾਕਾ ਭਾਰਤ ਨਗਰ ਹੈ, ਨਾਲ ਦਰਸ਼ਨ ਦੁਕਾਨ ਹੈ ਮੇਰੀ, ਬਿਜਲੀ ਦੁਕਾਨ ਹੈ ਸਾਹਮਣੇ। ਸਰ ਕੀ ਹੋਇਆ ਜੀ? ਰਾਤ ਨੂੰ ਬਹੁਤ ਅੱਗ ਵਰੀ, ਇੱਥੇ ਬਹੁਤ ਬੁਰਾ ਹਾਲ ਹੋਇਆ, ਸਾਰੇ ਇੱਥੇ ਇਕੱਠੀ ਹੋ ਗਈ, ਭੀੜ ਇਕੱਠੀ ਹੋ ਗਈ ਹੈ, ਇੱਥੇ ਉਹਨਾਂ ਦਾ ਉੱਪਰ ਸੜ ਗਿਆ, ਤੰਦਰਾ ਸੜ ਗਿਆ, ਉੱਪਰ ਉਹਦੇ ਟੰਕੀ ਸੜ ਗਈ ਹੈ, ਬਹੁਤ ਅੱਗ ਵਰੀ ਹੈ। ਦੋ ਟਰਾਂਸਫਾਰਮਰ ਲੱਗੇ ਸੀ, ਥੱਲੇ ਟਰਾਂਸਫਾਰਮਰ ਸੀ ਉਹਨੂੰ ਅੱਗ ਲੱਗੀ ਹੈ, ਉਸ ਤੋਂ ਬਾਅਦ ਅੱਗ ਵਰਦੀ 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 ਉੱਪਰ ਚਲ ਗਈ ਹੈ, ਔਰ ਨਵਾਂ ਟਰਾਂਸਫਾਰਮਰ ਉੱਪਰ ਲੱਗਾ ਸੀ ਉਹਨੂੰ ਵੀ ਲੱਗੀ ਨਾਲ, ਬਹੁਤ ਤੇਜ਼ ਅੱਗ ਵਰੀ ਉੱਪਰ, ਬਹੁਤ ਬੁਰਾ ਹਾਲ ਰਿਹਾ। ਨਹੀਂ ਐਸੀ ਕੋਈ ਗੱਲ ਨਹੀਂ, ਪਾਣੀ ਪੂਣੀ ਦੀ ਕੋਈ ਗੱਲ ਨਹੀਂ, ਟੈਂਕਰ ਆਇਆ ਸੀ, ਟੈਂਕਰ ਆਪਣਾ ਦੇ ਰਿਹਾ ਸਪਲਾਈ ਪਾਣੀ ਦੀ, ਕੋਈ ਐਸੀ ਗੱਲ ਨਹੀਂ। ਸਾਡੀ ਮੰਗ ਹੈ ਜੀ, ਗਰਮੀ ਬਹੁਤ ਹੈ, ਇੱਥੇ ਬੁਰਾ ਹਾਲ ਹੈ, ਲੋਕਾਂ ਨੂੰ ਪਾਣੀ ਦੀ ਹੋਰ ਤੰਗੀ ਹੋ ਰਹੀ ਹੈ, ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਲੋਕਾਂ ਨੂੰ ਫੈਸਿਲਿਟੀ ਮਿਲੇ, ਜਲਦੀ ਜਲਦੀ ਕੰਮ ਹੋਵੇ, ਟਰਾਂਸਫਾਰਮਰ ਲੱਗਣ ਅਤੇ ਬੱਤੀ ਟਾਈਮ ਸਿਰ ਆਵੇ, ਬਸ ਇਹੋ ਮੰਗ ਹੈ ਜੀ, ਚੰਗਾ ਕੰਮ ਹੋਵੇ ਜਿਹੜਾ ਕਿ ਮਤਲਬ ਫਰਦਰ ਆਉਣ ਵਾਲੇ ਸਮੇਂ 'ਚ ਕੋਈ ਕਿਸੇ ਨੂੰ ਦਿੱਕਤ ਨਾ ਹੋਵੇ, ਕਿਉਂਕਿ ਲੋੜ ਆ ਵਾ, ਗਰਮੀ ਜ਼ਿਆਦਾ, ਬਹੁਤ ਬੁਰਾ ਹਾਲ ਹੈ, ਬਸ ਇਹੋ ਮੰਗ ਕਰਦੇ ਹਾਂ ਕਿ ਅੱਛਾ ਕੰਮ ਹੋਵੇ, ਸੁਣਵਾਈ ਹੋਵੇ ਸਹੀ। ਟੈਂਕੀ ਵੀ ਉੱਤੇ ਹੈਗੀ ਸੀ, ਉਹਦੇ ਉੱਪਰ ਥੋੜ੍ਹੀ ਜਿਹੜੇ ਟੈਂਕੀ ਹੈ ਸਾਡੇ।